ਪਹਿਲਾਂ ਚੋਰ ਲੁਟੇਰਿਆਂ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਪਰ ਹੁਣ ਇਹ ਲੁਟੇਰੇ ਵੱਡੇ ਵੱਡੇ ਮਾਲਸ ਦੇ ਵਿੱਚ ਦਾਖਲ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਨੇ। ਇੱਕ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ ਜਦੋਂ ਲੁਟੇਰੇ ਇੱਕ ਮਾਲ ਦੇ ਵਿੱਚ ਦਾਖਲ ਹੁੰਦੇ ਨੇ, ਉੱਥੇ ਪਏ ਸਮਾਨ ਨੂੰ ਚੁੱਕਦੇ ਨੇ ਤੇ ਇਹ ਦੋਵੇਂ ਹੀ ਬਹੁਤ ਆਰਾਮ ਦੇ ਨਾਲ ਸਮਾਨ ਚੁੱਕਦੇ ਨੇ ਜਿਵੇਂ ਇਹਨਾਂ ਨੇ ਸਮਾਨ ਖਰੀਦਣਾ ਹੋਵੇ, ਅਤੇ ਇਹਨਾਂ ਦੇ ਨਾਲ ਮਾਲ ਦਾ ਇੱਕ ਮੁਲਾਜ਼ਮ ਵੀ ਪਿੱਛੇ ਪਿੱਛੇ ਹੁੰਦਾ ਅਤੇ ਇਹਨਾਂ ਤੇ ਨਿਗਰਾਨੀ ਰੱਖ ਰਿਹਾ ਹੁੰਦਾ, ਅਤੇ ਜਿਵੇਂ ਹੀ ਬਿੱਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਇਹਨਾਂ ਲੁਟੇਰਿਆਂ ਵੱਲੋਂ ਕੈਸ਼ ਕਾਊਂਟਰ ਤੇ ਬੈਠੇ ਮੈਨੇਜਰ ਨੂੰ ਤੇਜ਼ਧਾਰ ਹਥਿਆਰ ਦਿਖਾ ਦਿੱਤੇ ਜਾਂਦੇ ਨੇ ਅਤੇ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਇਹ ਸਾਰੀ ਘਟਨਾ ਮਾਲ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਹ ਵਾਰਦਾਤ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਲੁਟੇਰਿਆਂ ਨੇ ਇਸ ਮਾਲ ਨੂੰ ਆਪਣਾ ਨਿਸ਼ਾਨਾ ਬਣਾਇਆ। ਪਹਿਲਾਂ ਚੋਰ ਲੁਟੇਰਿਆਂ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਪਰ ਹੁਣ ਇਹ ਲੁਟੇਰੇ ਵੱਡੇ ਵੱਡੇ ਮਾਲਸ ਦੇ ਵਿੱਚ ਦਾਖਲ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਨੇ। ਇੱਕ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ ਜਦੋਂ ਲੁਟੇਰੇ ਇੱਕ ਮਾਲ ਦੇ ਵਿੱਚ ਦਾਖਲ ਹੁੰਦੇ ਨੇ, ਉੱਥੇ ਪਏ ਸਮਾਨ ਨੂੰ ਚੁੱਕਦੇ ਨੇ ਤੇ ਇਹ ਦੋਵੇਂ ਹੀ ਬਹੁਤ ਆਰਾਮ ਦੇ ਨਾਲ ਸਮਾਨ ਚੁੱਕਦੇ ਨੇ ਜਿਵੇਂ ਇਹਨਾਂ ਨੇ ਸਮਾਨ ਖਰੀਦਣਾ ਹੋਵੇ, ਅਤੇ ਇਹਨਾਂ ਦੇ ਨਾਲ ਮਾਲ ਦਾ ਇੱਕ ਮੁਲਾਜ਼ਮ ਵੀ ਪਿੱਛੇ ਪਿੱਛੇ ਹੁੰਦਾ ਅਤੇ ਇਹਨਾਂ ਤੇ ਨਿਗਰਾਨੀ ਰੱਖ ਰਿਹਾ ਹੁੰਦਾ, ਅਤੇ ਜਿਵੇਂ ਹੀ ਬਿੱਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਇਹਨਾਂ ਲੁਟੇਰਿਆਂ ਵੱਲੋਂ ਕੈਸ਼ ਕਾਊਂਟਰ ਤੇ ਬੈਠੇ ਮੈਨੇਜਰ ਨੂੰ ਤੇਜ਼ਧਾਰ ਹਥਿਆਰ ਦਿਖਾ ਦਿੱਤੇ ਜਾਂਦੇ ਨੇ ਅਤੇ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਇਹ ਸਾਰੀ ਘਟਨਾ ਮਾਲ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਹ ਵਾਰਦਾਤ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਲੁਟੇਰਿਆਂ ਨੇ ਇਸ ਮਾਲ ਨੂੰ ਆਪਣਾ ਨਿਸ਼ਾਨਾ ਬਣਾਇਆ। ਪਹਿਲਾਂ ਚੋਰ ਲੁਟੇਰਿਆਂ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਪਰ ਹੁਣ ਇਹ ਲੁਟੇਰੇ ਵੱਡੇ ਵੱਡੇ ਮਾਲਸ ਦੇ ਵਿੱਚ ਦਾਖਲ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਨੇ। ਇੱਕ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ ਜਦੋਂ ਲੁਟੇਰੇ ਇੱਕ ਮਾਲ ਦੇ ਵਿੱਚ ਦਾਖਲ ਹੁੰਦੇ ਨੇ, ਉੱਥੇ ਪਏ ਸਮਾਨ ਨੂੰ ਚੁੱਕਦੇ ਨੇ ਤੇ ਇਹ ਦੋਵੇਂ ਹੀ ਬਹੁਤ ਆਰਾਮ ਦੇ ਨਾਲ ਸਮਾਨ ਚੁੱਕਦੇ ਨੇ ਜਿਵੇਂ ਇਹਨਾਂ ਨੇ ਸਮਾਨ ਖਰੀਦਣਾ ਹੋਵੇ, ਅਤੇ ਇਹਨਾਂ ਦੇ ਨਾਲ ਮਾਲ ਦਾ ਇੱਕ ਮੁਲਾਜ਼ਮ ਵੀ ਪਿੱਛੇ ਪਿੱਛੇ ਹੁੰਦਾ ਅਤੇ ਇਹਨਾਂ ਤੇ ਨਿਗਰਾਨੀ ਰੱਖ ਰਿਹਾ ਹੁੰਦਾ, ਅਤੇ ਜਿਵੇਂ ਹੀ ਬਿੱਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਇਹਨਾਂ ਲੁਟੇਰਿਆਂ ਵੱਲੋਂ ਕੈਸ਼ ਕਾਊਂਟਰ ਤੇ ਬੈਠੇ ਮੈਨੇਜਰ ਨੂੰ ਤੇਜ਼ਧਾਰ ਹਥਿਆਰ ਦਿਖਾ ਦਿੱਤੇ ਜਾਂਦੇ ਨੇ ਅਤੇ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਇਹ ਸਾਰੀ ਘਟਨਾ ਮਾਲ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਹ ਵਾਰਦਾਤ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਲੁਟੇਰਿਆਂ ਨੇ ਇਸ ਮਾਲ ਨੂੰ ਆਪਣਾ ਨਿਸ਼ਾਨਾ ਬਣਾਇਆ। ਪਹਿਲਾਂ ਚੋਰ ਲੁਟੇਰਿਆਂ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਪਰ ਹੁਣ ਇਹ ਲੁਟੇਰੇ ਵੱਡੇ ਵੱਡੇ ਮਾਲਸ ਦੇ ਵਿੱਚ ਦਾਖਲ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਨੇ। ਇੱਕ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ ਜਦੋਂ ਲੁਟੇਰੇ ਇੱਕ ਮਾਲ ਦੇ ਵਿੱਚ ਦਾਖਲ ਹੁੰਦੇ ਨੇ, ਉੱਥੇ ਪਏ ਸਮਾਨ ਨੂੰ ਚੁੱਕਦੇ ਨੇ ਤੇ ਇਹ ਦੋਵੇਂ ਹੀ ਬਹੁਤ ਆਰਾਮ ਦੇ ਨਾਲ ਸਮਾਨ ਚੁੱਕਦੇ ਨੇ ਜਿਵੇਂ ਇਹਨਾਂ ਨੇ ਸਮਾਨ ਖਰੀਦਣਾ ਹੋਵੇ, ਅਤੇ ਇਹਨਾਂ ਦੇ ਨਾਲ ਮਾਲ ਦਾ ਇੱਕ ਮੁਲਾਜ਼ਮ ਵੀ ਪਿੱਛੇ ਪਿੱਛੇ ਹੁੰਦਾ ਅਤੇ ਇਹਨਾਂ ਤੇ ਨਿਗਰਾਨੀ ਰੱਖ ਰਿਹਾ ਹੁੰਦਾ, ਅਤੇ ਜਿਵੇਂ ਹੀ ਬਿੱਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਇਹਨਾਂ ਲੁਟੇਰਿਆਂ ਵੱਲੋਂ ਕੈਸ਼ ਕਾਊਂਟਰ ਤੇ ਬੈਠੇ ਮੈਨੇਜਰ ਨੂੰ ਤੇਜ਼ਧਾਰ ਹਥਿਆਰ ਦਿਖਾ ਦਿੱਤੇ ਜਾਂਦੇ ਨੇ ਅਤੇ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਇਹ ਸਾਰੀ ਘਟਨਾ ਮਾਲ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਹ ਵਾਰਦਾਤ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਲੁਟੇਰਿਆਂ ਨੇ ਇਸ ਮਾਲ ਨੂੰ ਆਪਣਾ ਨਿਸ਼ਾਨਾ ਬਣਾਇਆ।
ਪਹਿਲਾਂ ਚੋਰ ਲੁਟੇਰਿਆਂ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਪਰ ਹੁਣ ਇਹ ਲੁਟੇਰੇ ਵੱਡੇ ਵੱਡੇ ਮਾਲਸ ਦੇ ਵਿੱਚ ਦਾਖਲ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਨੇ। ਇੱਕ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ ਜਦੋਂ ਲੁਟੇਰੇ ਇੱਕ ਮਾਲ ਦੇ ਵਿੱਚ ਦਾਖਲ ਹੁੰਦੇ ਨੇ, ਉੱਥੇ ਪਏ ਸਮਾਨ ਨੂੰ ਚੁੱਕਦੇ ਨੇ ਤੇ ਇਹ ਦੋਵੇਂ ਹੀ ਬਹੁਤ ਆਰਾਮ ਦੇ ਨਾਲ ਸਮਾਨ ਚੁੱਕਦੇ ਨੇ ਜਿਵੇਂ ਇਹਨਾਂ ਨੇ ਸਮਾਨ ਖਰੀਦਣਾ ਹੋਵੇ, ਅਤੇ ਇਹਨਾਂ ਦੇ ਨਾਲ ਮਾਲ ਦਾ ਇੱਕ ਮੁਲਾਜ਼ਮ ਵੀ ਪਿੱਛੇ ਪਿੱਛੇ ਹੁੰਦਾ ਅਤੇ ਇਹਨਾਂ ਤੇ ਨਿਗਰਾਨੀ ਰੱਖ ਰਿਹਾ ਹੁੰਦਾ, ਅਤੇ ਜਿਵੇਂ ਹੀ ਬਿੱਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਇਹਨਾਂ ਲੁਟੇਰਿਆਂ ਵੱਲੋਂ ਕੈਸ਼ ਕਾਊਂਟਰ ਤੇ ਬੈਠੇ ਮੈਨੇਜਰ ਨੂੰ ਤੇਜ਼ ਧਾਰ ਹਥਿਆਰ ਦਿਖਾ ਦਿੱਤੇ ਜਾਂਦੇ ਨੇ ਅਤੇ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਇਹ ਸਾਰੀ ਘਟਨਾ ਮਾਲ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਹ ਵਾਰਦਾਤ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਲੁਟੇਰਿਆਂ ਨੇ ਇਸ ਮਾਲ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਪਹਿਲਾਂ ਚੋਰ ਲੁਟੇਰਿਆਂ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਪਰ ਹੁਣ ਇਹ ਲੁਟੇਰੇ ਵੱਡੇ ਵੱਡੇ ਮਾਲਸ ਦੇ ਵਿੱਚ ਦਾਖਲ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਨੇ। ਇੱਕ ਅਜਿਹੀ ਹੀ ਤਸਵੀਰ ਸਾਹਮਣੇ ਆਈ ਹੈ ਜਦੋਂ ਲੁਟੇਰੇ ਇੱਕ ਮਾਲ ਦੇ ਵਿੱਚ ਦਾਖਲ ਹੁੰਦੇ ਨੇ, ਉੱਥੇ ਪਏ ਸਮਾਨ ਨੂੰ ਚੁੱਕਦੇ ਨੇ ਤੇ ਇਹ ਦੋਵੇਂ ਹੀ ਬਹੁਤ ਆਰਾਮ ਦੇ ਨਾਲ ਸਮਾਨ ਚੁੱਕਦੇ ਨੇ ਜਿਵੇਂ ਇਹਨਾਂ ਨੇ ਸਮਾਨ ਖਰੀਦਣਾ ਹੋਵੇ, ਅਤੇ ਇਹਨਾਂ ਦੇ ਨਾਲ ਮਾਲ ਦਾ ਇੱਕ ਮੁਲਾਜ਼ਮ ਵੀ ਪਿੱਛੇ ਪਿੱਛੇ ਹੁੰਦਾ ਅਤੇ ਇਹਨਾਂ ਤੇ ਨਿਗਰਾਨੀ ਰੱਖ ਰਿਹਾ ਹੁੰਦਾ, ਅਤੇ ਜਿਵੇਂ ਹੀ ਬਿੱਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਇਹਨਾਂ ਲੁਟੇਰਿਆਂ ਵੱਲੋਂ ਕੈਸ਼ ਕਾਊਂਟਰ ਤੇ ਬੈਠੇ ਮੈਨੇਜਰ ਨੂੰ ਤੇਜ਼ ਧਾਰ ਹਥਿਆਰ ਦਿਖਾ ਦਿੱਤੇ ਜਾਂਦੇ ਨੇ ਅਤੇ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਇਹ ਸਾਰੀ ਘਟਨਾ ਮਾਲ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਹ ਵਾਰਦਾਤ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਲੁਟੇਰਿਆਂ ਨੇ ਇਸ ਮਾਲ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।